12 साल बाद जमया सी पुत। किडनैपरां ने पिता कोलो जबरदस्ती खोलिया 3 साल बच्चा। रोंदी विलकदी मां ने पाई दुहाई। तरन तारण के पिंड रैसियाणा तो एक 3 साल बच्चे बीती शाम 7 बजे अगवा कर लैण दा मामला सामने आया है। दसिया जाता है कि घटना उस वेले वापरी जदों 3 साल बच्चा गुरसेवक सिंह अपने पिता अंग्रेज सिंह दे नाल मत्था टेके मोटरसाइकिल ते पिंड वापस आ रहा सी। इस तो बाद कार सवार नौजवान इन्हों अड्डा डेरा साहब के नज़दीक रोक लेंदे ने। दातर विखा के इन्हों को फोन से पैसे खो लेंदे ने। यह भी दसा जाता है कि 2 मोने ते 1 सरदार व्यक्ति अगवा कार दसे जा रहे हैं जो जाते जाते अंग्रेज सिंह दे कोलो उसके मुंडे नूं भी जबरदस्ती होके लै जांदे ने। दूजे पासे रोंदी कुरलौंदी मां दा बेहद बुरा हाल हो रहा है। दसा जाता है कि सुखा सुख सुख के बड़ियां मिंथां तरनियां दे नाल पुत मंगिया सी। इस पूरे मामले की जानकारी दिंदिया होया रोंदी विलकदी मां समेत परिवारक मैंबरां दा की कहना है तुहानूं सुनाउने आ। ਘਰੋਂ ਇੱਧਰ ਬਾਬੇ ਦੇ ਗਏ ਸੀ, ਬਾਬੇ ਦੇ ਜਾਂਦੇ ਗੁਰਸੇਵਕ ਪੂਰੀ। ਅੱਛਾ ਜੀ। ਹਾਂਜੀ, ਸਰਿਆਣੀ ਸਾਹਿਬ ਵਾਲੇ ਬਾਬੇ। ਤੇ ਕਿੱਥੇ ਕੁ ਜਾ ਕੇ ਮੁੜ ਕੇ ਬੱਚੇ ਨੂੰ ਅਗਵਾ ਕੀਤਾ ਗਿਆ? ਡੇਰਾ ਸਾਹਿਬ ਲੱਗ ਗਏ ਇੱਧਰ। ਤੁਸੀਂ ਤੁਸੀਂ ਨਾਲ ਸੀ? ਨਹੀਂ, ਮੈਂ ਨਹੀਂ ਨਾਲ ਹੈਗੀ। ਕੌਣ ਕੌਣ ਜਾ ਰਹੇ? ਦੋਵੇਂ ਹੀ ਪਿਓ ਪੁੱਤੀ। ਹਾਂਜੀ। ਤੇ ਉਹ ਕੀ ਦੱਸਦੇ, ਕਿੱਦਾਂ ਘਟਨਾ ਸਾਰੀ? ਕੌਣ ਖੜਦਾ ਅਗਵਾ ਕਰਕੇ? ਗੱਡੀ ਤੇ ਆਉਂਦਾ ਕੋਈ? ਗੱਡੀ ਤੇ, ਗੱਡੀ ਤੇ। ਕਿਹੜੀ ਗੱਡੀ? ਇੱਕ ਪਛਾਣੀ ਗੱਡੀ ਉਹਨਾਂ? ਅਲਟੋ ਖਣੀ ਆਉਂਦੇ ਗੱਡੀ। 2 ਮੋਨੇ ਸੀ ਤੇ 1 ਆਪਣਾ ਪਾਗਲਾ ਸੀ। ਤੇ ਮੋਟਰਸਾਈਕਲ ਵੀ ਲੈ ਗਏ ਇਹਨਾਂ ਦਾ? ਨਹੀਂ, ਮੋਟਰਸਾਈਕਲ ਹੋਰ ਨਹੀਂ ਕੋਈ ਖੜਾ, ਮੋਬਾਈਲ ਤੇ ਪੈਸੇ ਖੜੇ ਆ ਤੇ ਮੁੜ ਕੇ ਬੱਚਾ ਖੋ ਲਿਆ ਉਹਨਾਂ ਨੇ, ਧੱਕਾ ਮਾਰ ਕੇ ਬੱਚਾ ਖੋ ਲਿਆ। ਤੇ ਕੀ ਲੱਗਾ ਪਤਾ ਕੁਛ ਨਹੀਂ ਹਲੇ ਤੱਕ? ਨਹੀਂ ਨਹੀਂ, ਅਜੇ ਨਹੀਂ ਕੋਈ ਪਤਾ ਲੱਗਾ। ਕੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਕੋਲੋਂ, ਸਰਕਾਰ ਕੋਲੋਂ? ਸਾਡਾ ਬੱਚਾ ਮਿਲਣਾ ਚਾਹੀਦਾ ਬਸ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਸਾਨੂੰ ਬੱਚਾ ਚਾਹੀਦਾ, ਨਾ ਜਿੱਦਾਂ ਮਰਜ਼ੀ ਲੱਭ ਕੇ ਦੇਣ। ਨਿਕਲ ਕੇ 2 ਜਣਿਆਂ ਨੇ ਫੜ ਲਿਆ, ਦਾਤਰ ਵਿਖਾਇਆ, ਆਂਦੇ ਦੇ ਦੇ ਜੋ ਕੁਛ ਹੈਗਾ। ਇਹਨੇ ਆਖਿਆ ਮੇਰੇ ਕੋਲ ਮੋਬਾਇਲ ਲਿਆ ਤੇ 300 ਰੁਪਇਆ ਮੇਰੇ ਕੋਲ, ਉਹ ਵੀ ਲੈ ਲਿਆ ਤੇ ਆਂਦਾ ਵੀ ਆ ਮੋਟਰਸਾਈਕਲ ਇਹ ਵੀ ਲੈ ਦਿਓ। ਉਹਨਾਂ ਮੋਟਰਸਾਈਕਲ 'ਤੇ ਵੇਖਿਆ ਨਹੀਂ ਤੇ ਇੱਕ ਵਿੱਚੋਂ ਨਿਕਲ ਕੇ ਉਹ ਵਿੱਚ ਹੀ ਬੈਠਾ, ਮੁੜ ਕੇ ਉਦੋਂ ਆਉਂਦਾ ਨਿਕਲਿਆ, ਨਿਕਲ ਕੇ ਆਉਂਦਾ ਫੜੋ ਇਹਦਾ ਭੈਣ ਚੋਦਾ ਮੁੰਡਾ ਵਿੱਚ ਸੁੱਟੋ, ਮੁੰਡਾ ਆਉਂਦਾ ਮੇਰੇ ਕੋਲ ਖੋਹ ਕੇ ਤਾਂ ਉਹਨਾਂ ਨੇ ਵਿੱਚ ਛੋੜਿਆ, ਮੈਨੂੰ ਧੱਕਾ ਦੇ ਕੇ ਸੁੱਟ ਗਏ। ਇਹ ਡੇਰਾ ਸਾਹਿਬਾਂ ਦੇ ਗਏ ਸੀ ਬਾਬੇ 'ਤੇ ਮੱਥਾ ਟੇਕਣ ਗਏ ਸੀ ਅਤੇ ਉੱਥੋਂ ਰਸਤੇ 'ਚੋਂ ਜ਼ਬਰਦਸਤੀ ਖੋਲਿਆ ਜੀ। ਇਹ ਕਾਹਤੇ ਜਾਣ ਡਿਆ ਸੀ? ਇਹ ਮੋਟਰਸਾਈਕਲ 'ਤੇ ਜਾਣ ਡਿਆ ਸੀ ਅਤੇ ਜਾਂਦਿਆਂ ਉਹਨਾਂ ਦੇ ਰਸਤੇ ਦੇ ਵਿੱਚ ਜ਼ਬਰਦਸਤੀ ਟੋਕ ਦਾਤਰ ਦਿਖਾ ਕੇ ਵੱਡੇ ਵੱਡੇ ਇੱਕ ਮੋਬਾਈਲ ਖੋਲਿਆ ਅਤੇ ਇੱਕ ਬੱਚਾ ਖੋਲਿਆ ਉਹਨਾਂ ਕੋਲ, ਪੈਸੇ ਵੀ ਖੋਲੇ ਜਿਹੜੇ ਹੈਗੇ। ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ, ਲਗਾਤਾਰ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿੰਡ ਰਾਹਲ ਚਾਹਲ ਦੇ ਨਜ਼ਦੀਕ ਇਹ ਬੱਚਾ ਜਿਸਦਾ ਨਾਮ ਗੁਰਸੇਵਕ ਸਿੰਘ ਹੈ, ਉਮਰ 3 ਸਾਲਾਂ ਦੀ ਹੈ। 3 ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਕਾਰ ਵਿੱਚ ਆ ਕੇ ਪਿਤਾ ਦੇ ਕੋਲੋਂ ਖੋ ਕੇ ਲੈ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ 2 ਵਿਅਕਤੀ ਮੋਨੇ ਸਨ, ਜਦਕਿ 1 ਸਰਦਾਰ ਹੈ। ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਪਤਾ ਹੈ ਤਾਂ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ। ਇਸ ਦੇ ਨਾਲ ਹੀ ਪੁਲਿਸ ਨੇ ਨੰਬਰ ਵੀ ਜਾਰੀ ਕੀਤੇ ਨੇ। ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਤਾਂ ਮੰਗਿਆ ਜਾ ਹੀ ਰਿਹਾ ਹੈ, ਨਾਲ ਹੀ ਪੁਲਿਸ ਕੜੀ ਮੁਸ਼ਕਤ ਦੇ ਨਾਲ 3 ਸਾਲਾਂ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਤਰਨ ਤਾਰਨ ਤੋਂ ਭਗਤ ਸਿੰਘ ਸੰਧੂ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।